मेरे नोट्स आई सी जी जदे मैं सीएम साहब के नोट्स दिती तो सारे डीसीआं नूं मैं कहा भी ये नादरशाही हुक्म किने चाढ़िया ये जदे बंद कराया क्योंकि उदो तो मंडियां खाली पईयां सी उत्थे दूए दिन सुक जानी सी ये जदे बंद करता पर जिहड़ियां मैं फिकरां दित्तियां ने इहदे च तोआ भर भी फर्क नहीं होगा क्योंकि रोज दी रोज फिकरां मेरे को कलैक्ट होके आउणियां किसे एजेंसी को मोड़ रहे ने ओ बलवंत सिंह जिहड़ा त्योणे पिंड दा किसान ढेरी ते मरिया हार्ट फेल होके पहलां त्योणे च सिट्टिया उहने झोना उत्थों चकाता फिर वह जयसिंह वाला लैके गया उत्थों चकाता फिर वह महते लैके गया उत्थे भी जदों जवाब मिल गया भी नहीं तेरा तो झोना आउंदा नहीं स्पैसीफिकेशनां विच विकणा नहीं दिल फेल हो गया उहदा हालत तो यह बनी हुई है पंजाब दे विच मैं कल्ली मॉइस्चर भी लेट होण नाल स्पैसीफिकेशन जिहड़ा नहीं आउंदा वह एजेंसियां उहदे रेट ही नहीं लाउंदियां उहदा मंडी बोर्ड नाल कोई संबंध ही नहीं है लेट बीजना शुरू करता सरकार ने धक्के नाल बजाया लेट हां धक्के नाल बजाया लेट ਇਹਦੇ ਲਈ ਵੀ ਸਰਕਾਰ ਜ਼ਿੰਮੇਵਾਰ ਆ ਪੰਜਾਬ ਸਰਕਾਰ ਜ਼ਿੰਮੇਵਾਰ ਆ ਇਹ ਮੁਆਸ਼ਰ ਵਧਾਉਣ ਦਾ ਸਾਹਿਬ ਇਹ ਬੜਾ ਇੰਟਰਸਟਿੰਗ ਪੁਆਇੰਟ ਹੈ ਇੱਕ ਵੀ ਇਹ ਜਿਹੜਾ ਗਵਰਨਮੈਂਟ ਕਹਿੰਦੀ ਰਹੀ ਵੀ ਲੇਟ ਬੀਜੋ ਕਿਉਂਕਿ ਜਿਹੜੀ ਗਰਾਊਂਡ ਵਾਟਰ ਆ ਉਹਨੂੰ ਬਚਾਉਣਾ ਵਾ ਇਹ ਹੁਣ ਜੋ ਹਾਲਾਤ ਆ ਰਹੇ ਆ ਵੈਦਰ ਦੀ ਅਨਸਰਟਨਟੀ ਆ ਇਹ ਜਿਹੜੀ ਪਾਲਿਸੀ ਆ ਲੇਟ ਬਿਜਾਉਣ ਦੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਸ਼ਾਇਦ ਪਾਲਿਸੀ ਹੁਣ ਰਿਵਾਈਜ਼ ਕਰਨੀ ਪੈਣੀ ਆ ਨਹੀਂ ਨਹੀਂ ਰਿਵਾਈਜ਼ ਕਰਨ ਦੀ ਕੋਈ ਲੋੜ ਨਹੀਂ ਜੇਕਰ ਤੁਸੀਂ ਰਿਵਾਈਜ਼ ਕਰਨ ਲੱਗੇ ਨਾ ਇਸ ਪਾਲਿਸੀ ਨੂੰ ਜੀ ਕਿ ਵੀ 10 ਜੂਨ ਤੋਂ ਪਹਿਲਾਂ ਅਲਾਓ ਕਰ ਦਈਏ 44 ਨੂੰ ਕਰ ਦਈਏ ਖਾਸ ਕਰਕੇ 44 ਦੀ ਗੱਲ ਹੈ ਜੀ ਤਾਂ ਫਿਰ ਤਾਂ ਸਾਰੇ ਸਾਰਾ ਪੰਜਾਬ ਦਾ ਇਲਾਕਾ ਉਸੇ ਤਰ੍ਹਾਂ ਹੀ ਹੋ ਜਾਣਾ ਜੀ ਫਿਰ ਮਈ ਤੇ ਹੀ ਲੱਗਣਾ ਕਿਉਂਕਿ ਮਈ ਪੂਸਾ ਵਾਸਤੇ ਪੂਸਾ ਨੂੰ ਕਦੇ ਯੂਨੀਵਰਸਿਟੀ ਨੇ ਕਦੇ ਰਿਕਮੈਂਡ ਨਹੀਂ ਕੀਤਾ ਪਰ ਇਹਦੇ ਥੱਲੇ ਪਿਛਲੇ 20-25 ਸਾਲ ਤੋਂ ਏਰੀਆ ਵੱਧ ਚੰਗਾ ਚੱਲਦਾ ਰਿਹਾ ਹੁਣ ਇਹਦਾ ਬਦਲ ਆਇਆ ਸੀ 201 ਬ੍ਰੇਕ ਜੀ ਜਿਹਦੀ ਝਾੜ ਵੀ ਬੜਾ ਚੰਗਾ ਸੀ ਤੇ ਉਹਦੇ 'ਚ ਕੁਝ ਰਿਕਾਰਡਾਂ ਆ ਗਈਆਂ ਕਾਫੀ ਮੇਰੇ ਹਿਸਾਬ ਨਾਲ ਸਾਡੀ ਰਾਈਸ ਮਿਲਿੰਗ ਇੰਡਸਟਰੀ ਉਹਦੇ ਵਾਸਤੇ ਜ਼ਿੰਮੇਵਾਰ ਹੈਗੀ ਹੈ ਜਿਹੜੀ ਉਹਦੇ 'ਚ ਕੁਝ ਰਿਕਾਰਡਾਂ ਜ਼ਿਆਦਾ ਆਈਆਂ ਪਰ ਉਹ ਪਰ ਦਾ ਇਸ ਨਾਲ ਲੇਟ ਸੋਇੰਗ ਦੀ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਤੁਸੀਂ ਕੀ ਕਹੋਗੇ ਲੇਟ ਸੋਇੰਗ ਪੰਜਾਬ ਦੇ ਵੀ ਹੱਕ ਜਾਂ ਤੇ ਕਿਸਾਨਾਂ ਦੇ ਵੀ ਹੱਕ ਬਿਲਕੁਲ ਪਰ ਇਹਦੇ 'ਚ ਥੋੜੀ ਜੀ ਬਦਲ ਕਰਨੀ ਪਊਗੀ ਗਾਹਾਂ ਨੂੰ ਕੋਸ਼ਿਸ਼ ਕਰਾਂਗੇ ਜਿਹੜੀ ਪਨੀਰੀ ਆ ਉਹ 10 ਮਈ ਨੂੰ ਲਾਉਣ ਦਿੰਦੇ ਆ ਉਹ 1 ਮਈ ਤੋਂ ਲੱਗ ਜਾਣੀ ਚਾਹੀਦੀ ਹੈ ਪਨੀਰੀ ਕੋਈ ਫਰਕ ਨਹੀਂ ਪੈਂਦਾ ਵੀ 30 ਦਿਨ ਦੀ ਪਨੀਰੀ ਬੀਜਣੀ ਆ ਕਿਉਂਕਿ ਮੈਂ ਪ੍ਰੈਕਟੀਕਲ ਫਾਰਮਰ ਆ 40 ਦਿਨ ਦੀ ਬੀਜੀ ਜਾ ਸਕਦੀ ਆ ਉਹ 10 ਦਿਨ ਅੱਗੋਂ ਆ ਸਕਦੀ ਹੈ ਫਸਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਇਹ ਪ੍ਰੋਬਲਮ ਸਪੋਜ਼ ਕਰ ਲਓ 11-21 ਆਉਂਦੀ ਆ ਉਹਦਾ ਮੋਇਸਚਰ ਅੱਜ 15% ਕਿਉਂ ਆ ਜਾਂਦਾ ਜੀ ਉਹ ਹੁਣ ਆਉਂਦੀ ਆ ਉਹਦਾ 16% ਵੀ ਆਉਂਦਾ ਸਿਰਫ ਜਿਹੜੀ ਇਹ ਵੈਰਾਈਟੀ ਹੈ ਇਹ ਸਰਕਾਰ ਨੇ ਖਰੀਦਣੀ ਆ ਜਿਹੜੀ ਵਪਾਰੀ ਨੇ ਖਰੀਦਣੀ ਹੈ ਫਾਰਮਰ ਬੜਾ ਸਿਆਣਾ ਉਹਨੂੰ ਉਦਾਂ ਵੈਰਾਈਟੀ ਵਾਈਜ਼ ਕਰ ਲਿਆਉਂਦਾ ਦੇਖੋ ਉਹਦੇ ਵਾਸਤੇ 11-21 ਵਾਸਤੇ ਕੋਈ ਅਲੱਗ ਚੀਜ਼ ਤਾਂ ਨਹੀਂ ਹੋ ਜਾਂਦੀ ਵੀ ਉਹਦੇ ਮੋਇਸਚਰ ਘੱਟ ਜਾਂਦਾ ਹਾਂ ਅੱਜ ਟੈਂਪਰੇਰੀ ਬਾਰਿਸ਼ ਕਰਕੇ ਪ੍ਰੋਬਲਮ ਬਿਲਕੁਲ ਆਈ ਹੈ ਗੜੇ ਪਏ ਨੇ ਬੰਦੇ ਨੂੰ ਗੜੇ ਪਏ ਨੇ ਮੋਇਸਚਰ ਦੇ ਮੋਇਸਚਰ ਕੰਟੈਂਟਸ ਆ ਜਿਹੜੇ ਵਧਣੇ ਨੇ ਇਹ 2-4 ਦਿਨ ਦੇ ਵਿੱਚ ਠੀਕ ਹੋ ਜਾਣੇ ਚਾਹੀਦੇ ਮੈਂ ਕਹਿੰਦਾ ਜਿਹੜੀ ਰੰਗੀ ਸਾਹਿਬ ਨੇ ਗੱਲ ਕੀਤੀ ਹੈ ਮੈਂ ਇਸ ਗੱਲ ਨਾਲ ਸਹਿਮਤ ਹਾਂ ਇਹ ਬੜੀ ਮੁਸ਼ਕਲ ਤੋਂ ਅਸੀਂ ਕਿਉਂਕਿ ਪੰਜਾਬ ਦਾ ਵਿਸੇ ਤਾਂ ਸਾਡੀ ਪੰਜਾਬ ਦੀ ਇਹ ਹੋਮ ਕ੍ਰੌਪ ਹੈ ਨਹੀਂ ਅਸੀਂ ਖਾਂਦੇ ਨਹੀਂ ਚਾਵਲ ਪਰ ਅਸੀਂ ਸੈਂਟਰ ਪੂਲ 'ਚ ਦੇ ਰਹੇ ਹਾਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਮਤਲਬ ਖਰਾਬ ਕਰਕੇ ਵਾਟਰ ਲੈਵਲ ਜੇ ਥੱਲੇ ਜਾ ਰਿਹਾ ਪੰਜਾਬ ਦਾ ਜਾ ਰਿਹਾ ਪਰ ਡਿਸਕ੍ਰੈਡਿਟ ਸਾਨੂੰ ਮਤਲਬ ਉਲਟਾ ਇਹ ਮਿਲ ਰਿਹਾ ਅਸੀਂ ਧੱਕੇ ਸਾਡਾ ਕਿਸਾਨ ਖਾ ਰਿਹਾ ਧੱਕੇ ਸਾਡੀ ਇੰਡਸਟਰੀ ਧੱਕੇ ਸਾਡੀ ਸਰਕਾਰ ਖਾ ਰਹੀ ਹੈ ਕੇਂਦਰ ਸਰਕਾਰ ਦੀ ਮਰਜ਼ੀ ਹੈ ਤਾਂ ਉਹ ਸਾਡਾ ਕੁਝ ਕਰਦੇ ਨਹੀਂ ਮਰਜ਼ੀ ਤਾਂ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਰਵੀ ਸਾਹਿਬ ਇਹ ਹੁਣ ਜਿਹੜੀ ਪੂਸਾ 44 ਵੈਰਾਈਟੀ ਜਿਹੜੀ 15-20 ਦਿਨ ਬਾਕੀ ਵੈਰਾਈਟੀਜ਼ ਉਹਨਾਂ ਜ਼ਿਆਦਾ ਟਾਈਮ ਲੈਂਦੀ ਹੈ ਹਾਂਜੀ ਕਿਉਂਕਿ ਵੈਦਰ ਦੀ ਅਨਸਰਟਨਟੀ ਆ ਤੁਹਾਨੂੰ ਲੱਗਦਾ ਵੀ ਇਹ ਵੈਰਾਈਟੀ ਜਿਹੜੀ ਹੈ ਇਨਕਰੇਜ ਕਰਨੀ ਚਾਹੀਦੀ ਪੰਜਾਬ ਨਹੀਂ ਜੀ ਬਿਲਕੁਲ ਨਹੀਂ ਇਹ ਜਿਹੜੀ ਲੌਂਗ ਡਿਊਰੇਸ਼ਨ ਵੈਰਾਈਟੀ ਹੈ ਉਹ ਨਹੀਂ ਹੋਣੀ ਚਾਹੀਦੀ ਅਸੀਂ ਫਾਰਮਰ ਕਮਿਸ਼ਨ ਵੱਲੋਂ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਤੇ ਹੋਰ ਵੀ ਹਾਈਬ੍ਰਿਡ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੀ ਲੌਂਗ ਡਿਊਰੇਸ਼ਨ ਵੈਰਾਈਟੀਜ਼ ਨੇ ਉਹਨਾਂ ਨੂੰ ਅਸੀਂ ਡਿਸਕਰੇਜ ਕਰ ਰਹੇ ਤਾਂ ਕਿ ਸਾਡਾ ਪਾਣੀ ਗੱਲ ਹੋਰ ਐਡ ਕਰ ਦੇਣੀ ਚਾਹੁੰਦਾ ਜੀ ਤੇ ਜਦ ਤਾਂ ਲੋਡ ਹੁੰਦੀ ਹੈ ਨੇਸ਼ਨ ਨੂੰ ਹਾਂਜੀ ਉਦੋਂ ਤਾਂ ਕਈ ਵਾਰ ਸਾਡੇ ਘਰਾਂ ਤੋਂ ਵੀ ਜ਼ਬਰਦਸਤੀ ਚੱਕਦੇ ਆ ਅਨਾਜ ਕਾਨੂੰਨ ਬਣਾ ਕੇ ਤੇ ਜਦ ਲੋੜ ਨਹੀਂ ਹੁੰਦੀ ਉਦੋਂ ਹੀ ਸਾਰੀਆਂ ਸਪੈਸੀਫਿਕੇਸ਼ਨਾਂ ਸਾਡੇ ਤੇ ਲਾਉਂਦੇ ਨੇ ਆ ਹਰਿਆਣੇ ਦੇ ਗਡਾਊਨ ਖਾਲੀ ਕਰਾਤੇ ਨੇ ਸਾਡੇ ਗਡਾਊਨ ਖਾਲੀ ਕਿਉਂ ਨਹੀਂ ਕਰਾਏ 1 ਮਾਰਚ 2010 ਨੂੰ 453 ਲੱਖ ਟਨ ਸਾਡੇ ਸੈਂਟਰ ਪੂਲ ਦੇ ਅਨਾਜ ਪਿਆ ਸੀ ਤੇ ਲੋੜ ਕਿੰਨੀ ਹੈ 200 ਲੱਖ ਟਨ ਜੀ 200 ਦੀ ਤੇ ਜਿਹੜਾ 250 ਵੱਧ ਰੱਖਿਆ ਉਹ ਐਕਸਪੋਰਟ ਕਿਉਂ ਨਹੀਂ ਕੀਤਾ ਜੀ ਜਦ ਕਿਸੇ ਚੀਜ਼ ਨੂੰ ਵੀ ਤੁਸੀਂ ਵੱਧ ਪੈਦਾ ਕਰ ਦੋਗੇ ਤੇ ਉਹ ਨੱਕ ਬੁੱਲ ਮਾਰਦੇ ਆ ਇਹਨਾਂ ਦੀ ਡਿਊਟੀ ਮਾਰਦੀ ਸੁਪਰੀਮ ਕੋਰਟ ਰੋਜ਼ ਇਹਨਾਂ ਨੂੰ ਕਹਿੰਦਾ ਵੀ ਮੁਫਤ ਖੜਾ ਦਿਓ ਤੇ ਹੁਣ ਇਹ ਕਹਿੰਦਾ ਖੜਾਵਾਂਗੇ ਅਸੀਂ ਉਹਨੂੰ ਜੀ ਆਇਆ ਕਹਿੰਦੇ ਆ ਪਰ ਉਹਦਾ ਐਕਸਪੋਰਟ ਕਿਉਂ ਨਹੀਂ ਕਰ ਦਿੰਦੇ ਜਿਹੜਾ ਇੰਨਾ ਵਾਧੂ ਪਿਆ ਬਿਲਕੁਲ ਮੋਇਸਚਰ ਦੇ ਗੱਲ ਤੇ ਜੀ ਹਾਂਜੀ ਤੁਸੀਂ ਕੁਝ ਕਹਿਣ ਲੱਗੇ ਸੀ ਹਾਂਜੀ ਮੋਇਸਚਰ ਦੀ ਗੱਲ ਚੱਲ ਰਹੀ ਹੈ
जदों पंजाब दे विच हरा इनकलाब की नीति लागू करनी सी ना तो खेती विज्ञानियों ने सोचा उदों भी इत्थे पंजाब दे पानी का हाल की होगा, ना सरकार ने सोचा। उल्टा की सीगा उन्हों कामयाब करने वास्ते आ मॉइस्चर वाली शर्त उदों भी हुंदी सी लिखती दस्सिया मैनूं रंगी साहब ने, पर कोई नहीं सी पुछदा। पानी चौंदा आउंदा हुंदा सीगा ट्रालियां दे विच, पानी चौंदा हुंदा सी ते आउंदा ही तुल जांदा सी झोना। नहीं किसान राज कढ़ा के पानी पाउंदे सी, हां रेता लाउंदा सी, पानी पा के लाउंदे सीगे, पर हुण मॉइस्चर वाली शर्त ते इन्ना जोर कहिंदे तुहाडे हिसाब नाल जिमीदार केड़ी वैरायटी प्रेफर करदा वा बीजण दी? जिमीदार प्रेफर करदा, उह चाहुंदा वी साडा पानी बचे, जिन्नी घट तों घट छेती पकदी आ वैरायटी, जिवें 201 ते बहुत ज्यादा जोर दित्ता सी जिमीदार ने, बहुत ज्यादा बीजी सीगी, पर राइस मिलर वालिया ने सरकार ने रल के उन्होंने बैन करता, पाबंदी लाती, वो पंजाब का नुकसान किया इन्होंने पाबंदी ला के। सेला जी केड़ी वैरायटी राइस मिलर किनू प्रेफर करदे? मैं उही गल कह रहा हां, क्योंकि राइस मिलर वास्ते 201 कोई माड़ी वरायटी नहीं सी, कोई दुश्मनी थोड़ा सी 201 दे नाल, जे असीं दूजी कुट दे पुछा चिता 201, पर उहदे जिहड़ा निकल वाला चावल सीगा उह एफसी दे स्टैंडर्ड मुताबक नहीं बनदा सी, हालांकि उहदे च तेल दा जिहड़ा मात्रा है जी राइस ब्रांच उहदे च वध निकलदी सी, जे तुसीं इह गल करो सानूं उहदे पोटेंशियल सी, पर जिहड़ा उहदे च निकल वाला चावल फूड वैल्यू वधदा, मैं कहिंदा फूड वैल्यू तां मतलब एफसी दे दी नहीं, नहीं इहनां दे हुण रौ पाउंदे आ 60, हांजी ਉਹ 70 ਨਿਕਲਦਾ ਸੀ, ਮੈਂ ਕਹਿੰਦਾ ਜੀ 70 ਨਿਕਲਦਾ ਸੀ, ਮੈਂ ਕਹਿੰਦਾ ਜੀ ਮੈਂ ਇਸ ਗੱਲ ਤੇ ਉਹਦਾ ਨਹੀਂ, ਮੈਂ ਜੇ 70 ਨਿਕਲਦਾ ਚਾਹੇ 65 ਨਿਕਲਦਾ, ਜੇ 70 ਨਿਕਲਦਾ ਫਿਰ ਸਾਡੇ ਵਾਸਤੇ ਹੋਰ ਵੀ ਵਧੀਆ ਸੀ, ਅਸੀਂ ਕਿਉਂ ਬੰਦ ਕੀਤਾ? ਅਸੀਂ ਨਹੀਂ ਬੰਦ ਕੀਤਾ, ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਉਹਦਾ ਜਿਹੜਾ ਚਾਵਲ ਹੈ ਐਕਚੁਅਲੀ ਸਟਾਈ ਹੈ ਜੋ ਸਟੈਂਡਰਡ ਦੇ ਮੁਤਾਬਕ ਚਾਵਲ ਨਹੀਂ ਸੀ ਬਣਦਾ, ਹੁਣ ਵੀ ਫਿਰ ਸ਼ਰਦ ਪਵਾਰ ਜੀ ਨੇ ਕਮੇਟੀ ਬਣਾਤੀ ਵੀ ਇਹਦੇ 'ਚ ਜਿਹੜਾ ਡੈਮੇਜ ਹੈ 201 ਦੇ ਵਿੱਚੋਂ ਕੱਢਣ ਵਾਸਤੇ ਪਹਿਲਾਂ ਤਾਂ ਸਾਡੀ ICR ਦੀ ਕਮੇਟੀ ਬਣੀ, ਹੁਣ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਕਮੇਟੀ, ਉਹਨੇ ਵੀ ਕਹਿਤਾ ਵੀ ਪਿੰਨ ਡੈਮੇਜ ਅਤੇ ਸਲੈਟਰੀ ਡੈਮੇਜ ਹੈ ਸੇਫ ਫਾਰ ਹਿਊਮਨ ਕੰਜਮਪਸ਼ਨ ਹੈ ਜੀ, ਹਾਂਜੀ, ਬਟ ਐਫਸੀ ਅੱਜ ਵੀ ਨਹੀਂ ਬਣਦੀ ਉਹਨਾਂ ਚੀਜ਼ਾਂ ਨੂੰ, ਜੇ ਐਫਸੀ ਦੇ ਸਟੈਂਡਰਡਸ ਨੂੰ ਦੁਬਾਰੇ ਬਣਾਇਆ ਜਾਵੇ ਤਾਂ ਕਾਫੀ ਮਸਲੇ ਹੱਲ ਹੋ ਸਕਦੇ ਨੇ। इस वे एक ग्रुप है जो फार्मर्स का BKU राजेवाल, वो दिल्ली गए हैं शायद कांग्रेस सेंट्रल लीडरशिप को मिलने वास्ते, और तुहाडे ग्रुप ने रस्ता रोको तो रेल रोको रखा 29 तरीक नूं, ये नाल प्रॉब्लम होर नहीं वधूगी? आफ्टरऑल अगे ही किसान बड़े परेशान आ, जे तुसीं रस्ते भी रोकते रेल भी रोकतियां इहदा की फायदा हो? बिल्कुल नहीं, साडे कोले तां ठोस तजर्बा है वी सन 2000 दे विच हूब हू यही हालत सी, इस तरह ही मॉइस्चर की सख्त शर्त लाई गई सी, इस तरह ही डैमेज दागी दाणियां की शर्त लाई गई सी, और पंजाब का झोना खरीदण तो बिल्कुल ही पूरा महीना हो गया सी किसानां नूं रुलदिआं नूं, ते उह विकिआ किवें सी? 3 दिन 3 रातां लगातार रेलां रुकड़ियां पईआं सी किसानां नूं, हालांकि पंजाब च भी उस पार्टी की सरकार सी, केंद्र च भी उस पार्टी की सरकार सी, हुण इह इक दूजे ते ब्लेम सिटदे आ ना, पंजाब वाले केंद्र ते सिटदे आ, केंद्र वाले पंजाब ते सिटदे आ, ਉਦੋਂ ਦੋਨੋਂ ਥਾਂ ਇੱਕੋ ਸਰਕਾਰ ਨਾਲ ਇਹੋ ਹੀ ਹੱਲ ਹੈ ਜਿਵੇਂ 2002 ਚ ਹੱਲ ਹੋਇਆ, ਬਿਲਕੁਲ ਇਹੀ ਹੱਲ। ਅਕਵਾਲ ਜੀ ਇਹਦਾ ਕੋਈ ਫਾਇਦਾ ਹੋਊਗਾ ਰੇਲ ਰੋਕੋ ਰਸਤੇ ਰੋਕੋ ਦਾ? ਥੋੜਾ ਜਿਹਾ ਫਾਇਦਾ ਹੁੰਦਾ, ਜੇ ਬੱਚਾ ਵੀ ਨਾ ਰੋਵੇ ਮਾਂ ਵੀ ਦੁੱਧ ਨਹੀਂ ਦਿੰਦੀ, ਤੇ ਅਸੀਂ 30 ਤਰੀਕ ਨੂੰ ਸਾਡੀ ਆਲ ਇੰਡੀਆ ਜਥੇਬੰਦੀ ਆ, ਅਸੀਂ 30 ਤਰੀਕ ਨੂੰ ਦਿੱਲੀ ਮੀਟਿੰਗ ਬੁਲਾ ਲਈ ਆ, ਪ੍ਰੈਸ ਵੀ ਸੱਦ ਲਈ ਹੈ, ਤੇ ਉੱਥੇ ਅਸੀਂ ਫੈਸਲਾ ਲੈ ਲਾਂਗੇ ਬਈ ਜੇ ਆਹ ਕਣਕ ਦਾ ਰੇਟ ਨਾ ਵਧਾਇਆ, ਜਿਹੜਾ ਕਿ 20 ਰੁਪਏ ਵਧਾਇਆ, 1.80% ਵਧਾਇਆ, ਅਤੇ ਪੇ ਕਮਿਸ਼ਨ 2006 'ਚ ਬੈਠਾ ਸੀ ਮਾਰਚ 'ਚ, 8ਵੇਂ ਮਹੀਨੇ ਉਹਦੀ ਰਿਪੋਰਟ ਆ ਕੇ ਲਾਗੂ ਕਰਤਾ, ਅਤੇ ਸਾਡੇ ਤਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਨੇ ਰਿਪੋਰਟ 2006 'ਚ ਦੇਤੀ ਬਈ ਜਿੰਨਾ ਇਹਨਾਂ ਦਾ ਖਰਚਾ ਆਉਂਦਾ ਉਹਦੇ 'ਤੇ 50% ਹੋਰ ਦੇ ਦਿਓ, ਉਹ ਅੱਜ ਤੱਕ ਲਾਗੂ ਨਹੀਂ ਕੀਤਾ, ਕਿਉਂਕਿ ਇਹ ਵੀ ਵੱਡਾ ਇਸ਼ੂ ਆ ਜਿਹੜਾ ਸਾਡੇ ਸਾਹਮਣੇ ਕਣਕ ਦੀ ਫਸਲ 'ਤੇ ਖੜ੍ਹਾ ਜੀ, ਇਸ ਕਰਕੇ ਅਸੀਂ ਇਹਨੂੰ ਬੜਾ ਸੀਰੀਅਸ ਲੈ ਰਹੇ ਹਾਂ ਇਸ ਮਸਲੇ ਨੂੰ, ਅਸੀਂ ਸਮਝਦੇ ਹਾਂ 29 ਨੂੰ ਕੁਝ ਹੋਰ ਜਥੇਬੰਦੀਆਂ ਜਾ ਰਹੀਆਂ, 30 ਨੂੰ ਤੁਸੀਂ ਵੀ ਦਿੱਲੀ ਜਾ ਰਹੇ ਜੇ? ਨਹੀਂ, ਅਸੀਂ ਉੱਥੇ ਮੀਟਿੰਗ ਕਰਵਾਉਣਾ ਚਾਹੁੰਦਾ ਸੀ, ਮੀਟਿੰਗ ਸੱਦੀ ਆ ਕੋਈ, ਅਸੀਂ 29 ਨੂੰ ਕੋਈ ਨਹੀਂ ਜਾ ਰਹੀ ਜਥੇਬੰਦੀ ਜੀ, ਤੁਹਾਨੂੰ ਗਲਤ ਆ ਗਿਆ ਪ੍ਰੈਸ 'ਚ, ਕਿਉਂਕਿ ਸਾਰੇ ਕਿਸਾਨ ਤਾਂ ਇੱਥੇ ਰੁੱਝੇ ਆ, ਅਸੀਂ ਦਿੱਲੀ ਚਲੇ ਜਾਈਏ ਤੇ ਨਹੀਂ। ਇਹ ਮੈਂ MSP ਬਾਰੇ ਗੱਲ ਕਰਨੀ ਚਾਹੁੰਦਾ ਸੀ, ਜਿਹੜੀ ਇਹਨਾਂ ਨੇ ਕਹੀ ਸੀ ਵੀ ਅਸੀਂ ਬਚਾਇਆ ਰਾਈਸ ਮਿਲਰਾਂ ਨੇ ਪੰਜਾਬ, ਨਹੀਂ ਇੱਕ ਮਿੰਟ ਮੈਂ ਕਰ ਰਿਹਾ ਗੱਲ, ਟਾਈਮ ਥੋੜਾ ਘਟਿਆ ਜਲਦੀ ਕਰਨਾ, ਅਸਲ 'ਚ ਸਰਕਾਰ ਜਿਹੜਾ ਸੈਂਟਰ ਦੀ ਇਹ ਕਰ ਰਹੀ ਹੈ ਨਾ FCI ਦੇ ਥਰੂ, FCI ਉਹਨਾਂ ਦੇ ਕੰਟਰੋਲ 'ਚ ਆ, FCI ਕਿਹੜਾ ਉਹਨਾਂ ਤੋਂ ਬਾਹਰ ਆ, ਇਹ ਅਸਲ 'ਚ MSP ਤੋਂ ਭੱਜਣਾ ਚਾਹੁੰਦੇ ਨੇ, ਰੌਲਾ ਇਹ ਸਾਰਾ ਕੁਝ ਪ੍ਰਾਈਵੇਟ ਤੋਂ ਹੋ ਜੇ, ਹੁਣ 1121 ਆ ਗੱਲ, ਚਾਹੇ ਉਹ ਭਾਜਪਾ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ, ਨਾਲ ਮੈਂ ਇਹ ਐਡ ਕਰਨੀ ਚਾਹੁੰਦਾ, 1121 ਆ ਜੀ, ਉਹ ਪ੍ਰਾਈਵੇਟ ਨੂੰ ਦਿੱਤੀ ਆ, ਅਸੀਂ ਲੜਦੇ ਇਹਦੀ MSP ਬੰਦ ਹੋ, ਕਿਤੇ 1300 ਨੂੰ ਵਿਕੀ ਜਾਂਦੀ ਆ, ਕਿਤੇ 1100 ਨੂੰ ਵਿਕੀ ਜਾਂਦੀ ਆ, ਕਿਤੇ 2100 ਨੂੰ ਵਿਕੀ ਜਾਂਦੀ ਆ, ਕਿਤੇ 2300 ਨੂੰ ਵਿਕੀ ਜਾਂਦੀ ਆ,
ਇਹਦੀ ਐਮਐਸਬੀ ਬੰਨਣ ਨੂੰ ਤਿਆਰ ਨਹੀਂ। ਐਕਚੁਅਲੀ ਗੱਲ ਇੱਥੇ ਖੜੀ ਆ, ਦਿੱਕਤਾਂ ਤਾਂ ਆ ਰਹੀਆਂ ਨੇ। ਸਰਕਾਰ ਚਾਹੁੰਦੀ ਆ ਵੀ ਐਮਐਸਬੀ ਤੋਂ ਭਾਜੀਏ, ਸਾਰਾ ਕੁਝ ਵਪਾਰੀ ਤੇ ਛੱਡ ਦਈਏ, ਤੇ ਸਾਡੇ ਦੇਸ਼ ਦੇ ਵਪਾਰੀ ਦਾ ਤਾਂ ਸਾਡਾ ਕੈਰੈਕਟਰ ਕੀ ਆ, ਅਸੀਂ ਤਾਂ ਫਟ ਰਲ ਜਾਣਾ ਜੀ, ਲੁੱਟ ਲੈਣਾ। ਰੰਗੀ ਸਾਹਿਬ, ਇੱਕ ਹੋਰ ਡਿਮਾਂਡ ਆਈ ਆ, ਇੱਕ ਕਾਂਗਰਸ ਐਮਪੀ ਰਮਨੀਤ ਬਿੱਤੂ ਨੇ ਕਿਹਾ ਕਿ 200 ਰੁਪਏ ਪਰ ਕੁਇੰਟਲ ਪੈਡੀ ਦਾ ਇੱਕ ਬੋਨਸ ਦੇਣਾ ਚਾਹੀਦਾ ਵਾ। ਤੜੇ ਸਾਹਿਬ ਨੇ ਇਸ ਵੇਲੇ ਪੰਨਾ ਬੋਨਸ, ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਜਿਹੜੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਐਤਕੀ ਨੈਚੁਰਲ ਉਹਦੇ ਕਰਕੇ, ਬਰਸਾਤ ਕਰਕੇ ਅਤੇ ਹੁਣ ਜਿਹੜੀ ਹਨੇਰੀ ਹੋਈ ਉਹਦੇ ਕਰਕੇ ਅਤੇ ਇੱਕ ਵਰਾਇਟੀ 'ਤੇ ਸ਼ਿਫਟ ਹੋਣ ਕਰਕੇ ਫਾਰਮਰ ਦਾ 4 ਤੋਂ ਲੈ ਕੇ 5 ਕੁਇੰਟਲ ਤੱਕ ਯੀਲਡ ਘੱਟ ਆ ਰਹੀ ਹੈ ਜੀ। ਠੀਕ ਹੈ ਜੀ, ਅਤੇ ਇਹਦੇ ਨਾਲ ਇਹ ਹੈ ਵੀ ਉਹਦਾ ਨੈੱਟ ਪ੍ਰੋਫਿਟ ਲਾਗਤ ਤਾਂ ਉਹਨੇ ਪੂਰੀ ਲਾਤੀ ਹੈ, ਕੋਈ ਵੀ ਵਰਾਇਟੀ ਹੋਏ ਉਹਦੇ ਕੋਸਟ ਆਫ ਕਲਟੀਵੇਸ਼ਨ ਉਨੀ ਹੈ। ਇਹ ਜਿਹੜਾ 5 ਕੁਇੰਟਲ ਦਾ ਜਾ ਰਿਹਾ, 5,000 ਰੁਪਈਆ 1 ਏਕੜ ਦਾ ਜਾ ਰਿਹਾ, ਉਹਦਾ ਨੈੱਟ ਪ੍ਰੋਫਿਟ ਫਾਲ ਹੋ ਰਿਹਾ ਕਿਉਂਕਿ ਕਾਸਟ ਤਾਂ ਸਾਰੀ ਹੋ ਗਈ। ਇਹਦੇ ਨਾਲ ਮੇਰੇ ਇਹ ਹਿਸਾਬ ਨਾਲ ਇਹਨਾਂ ਦਾ ਬੋਨਸ ਜਿਹੜਾ ਹੈਗਾ ਬਣਦਾ ਹੈ। ਅੱਗੇ ਤੋਂ ਡਾਕਟਰ ਰੰਗੀ ਕੀ ਕਰਨ ਦੀ ਲੋੜ ਹੈ ਵੀ ਇਹ ਜੋ ਐਰਕੀ ਪ੍ਰੋਕਿਓਰਮੈਂਟ ਦਾ ਜਿਹੜਾ ਰੌਲਾ ਰੱਪਾ ਪਿਆ ਵਾ ਇਹ ਨਾ ਪਵੇ? ਦੇਖਿਓ ਜੀ, ਸਾਡੀ ਜਿਹੜੀ ਪੈਡੀ ਹੈ ਇਹ ਇਸ ਟਾਈਮ 1 ਨੰਬਰ ਦੀ ਫਸਲ ਹੈ ਜਿੱਥੇ ਤੱਕ ਮਾਰਕੀਟੇਬਲ ਸਰਪਲਸ ਹੈ, ਕਿਉਂਕਿ ਸਾਡੇ ਕੋਲ 165 ਲੱਖ ਟਨ ਪੈਡੀ ਆਉਂਦੀ ਹੈ ਅਤੇ ਜਿਹੜੀ ਕਣਕ ਹੈ 110 ਲੱਖ ਟਨ ਆਉਂਦੀ ਹੈ। ਕਣਕ 'ਚ ਕੋਈ ਮੋਇਸਚਰ ਦੀ ਪ੍ਰੋਬਲਮ ਨਹੀਂ, ਕੋਈ ਪ੍ਰੋਸੈਸਿੰਗ ਦੀ ਮੋਬਲਮ ਨਹੀਂ, ਕੋਈ ਮਿਲਿੰਗ ਇੰਡਸਟਰੀ ਇਨਵੋਲਵ ਨਹੀਂ, ਬਹੁਤ ਘੱਟ, ਬੜਾ ਸਮੂਥਲੀ ਕੰਮ ਹੋ ਜਾਂਦਾ ਪੈਡੀ 'ਤੇ। ਇਹ ਹਮੇਸ਼ਾ ਹੀ ਪਹਿਲਾਂ ਤੋਂ 88 ਤੋਂ ਮੈਂ ਦੇਖ ਰਿਹਾ ਜੀ ਇਹ ਪ੍ਰੋਬਲਮ ਆਉਂਦੀ ਹੈ, ਅਤੇ ਇਹਦੇ ਵਾਸਤੇ ਇੱਕ ਤਾਂ ਮੈਂ ਇਹ ਦੱਸਦਾ ਵੀ ਸਾਡੀ ਜਿਹੜੀ ਡੇਲੀ ਮਾਰਕੀਟ ਅਰਾਈਵਲ ਹੈ ਉਹ 6-6.5 ਲੱਖ ਟਨ ਤੱਕ ਪਹੁੰਚ ਜਾਂਦੀ ਹੈ ਡੇਲੀ ਦੀ। ਸਾਡਾ ਜਿਹੜਾ ਮਾਰਕੀਟਿੰਗ ਸਿਸਟਮ ਹੈ ਉਹ 3.5-4 ਲੱਖ ਨੂੰ ਸਾਇੰਟੀਫਿਕਲੀ ਅਤੇ ਤਰੀਕੇ ਨਾਲ ਸਾਂਭ ਸਕਦਾ, ਅਦਰਵਾਈਜ਼ ਇਹਦੇ ਨਾਲ ਪ੍ਰੋਬਲਮ ਆਉਂਦੀ। ਨੰਬਰ 2 'ਤੇ ਜਿਹੜੀ ਹੈਗੀ ਆ ਜੀ ਇਹ ਇਹਨੂੰ ਯਾਨੀ ਜਿਹੜਾ ਮਾਰਕੀਟਿੰਗ ਸਿਸਟਮ ਉਹਨੂੰ ਕਰ, ਜਿਵੇਂ ਹੁਣ ਤੁਹਾਡੀ ਮੋਇਸਚਰ ਦੀ ਪ੍ਰੋਬਲਮ ਆ ਰਹੀ ਹੈ, ਕਿਸਾਨ ਦੇ ਬਸ 'ਚ ਤਾਂ ਹੈ ਨਹੀਂ ਮੋਇਸਚਰ ਨੂੰ ਕੰਟਰੋਲ ਕਰਨਾ, ਜਿਵੇਂ ਇਹਨਾਂ ਨੇ ਕਿਹਾ ਵੀ ਉਹਦੇ 'ਚ 11-11.17% ਆ ਗਏ ਜੀ, ਇਹ 16 ਆ ਜਾਂਦੀ ਥੇ ਕਿ ਫਾਰਮਰ ਦੇ ਕੋਲ ਕੋਈ ਨਹੀਂ, ਉਹ ਤਾਂ ਖੇਤ ਤੋਂ ਵੱਢ ਕੇ ਲੈਣਾ, ਉਹਨੇ ਚਾਹੇ 11-21 ਹੈ ਭਾਵੇਂ ਤੁਸੀਂ ਜਿਹੜੀ ਵੀ ਵਰਾਇਟੀ ਉਹਨੇ ਖੇਤ ਤੋਂ ਸਿੱਧੀ ਲੈ ਕੇ ਉਹਦੇ ਕੋਲ ਸਪੇਸ ਹੈ ਨਹੀਂ ਤਾਂ ਕਿ ਉਹ ਆਪਣੇ ਘਰ ਰੱਖ ਸਕੇ। ਇਹਦੇ ਵਾਸਤੇ ਇਹ ਹੈਗਾ ਬਈ ਜਿਹੜੀ ਹੈਗੀ ਹੈ, ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਅਸੀਂ ਪੈਡੀ ਕਿਉਂ ਮੰਡੀਆਂ 'ਚ ਲੈ ਕੇ ਆ ਰਹੇ ਹਾਂ? ਵਰਲਡ ਓਵਰ ਜਿਹੜਾ ਹੈਗਾ ਬਰਾਊਨ ਰਾਈਸ ਮੰਡੀਆਂ 'ਚ ਆਉਂਦਾ, ਪੈਡੀ ਨਹੀਂ ਆਉਂਦੀ ਕਿਤੇ ਵੀ। ਪੈਡੀ ਲਿਆ ਕੇ ਅਸੀਂ ਇੱਥੇ ਆਈ ਮੰਡੀਆਂ 'ਚ ਲਿਆ ਕੇ ਸੁੱਟ ਦਿੰਦੇ ਹਾਂ, ਉੱਥੇ ਸਫਾਈ ਕਰੀ ਜਾਂਦੇ ਹਾਂ ਸ਼ਹਿਰਾਂ 'ਚ ਕਿਤੇ। ਬਰਾਊਨ ਰਾਈਸ ਦੀ ਮਾਰਕੀਟਿੰਗ ਹੋਣੀ ਚਾਹੀਦੀ ਹੈ। ਇੱਕ ਮਸ਼ੀਨ ਹੈ ਬੜੀ ਛੋਟੀ ਜੀ, 15-25 ਹਜ਼ਾਰ ਰੁਪਏ ਦੀ ਆਉਂਦੀ ਹੈ, ਇੱਥੇ ਰਾਜਪੁਰੇ ਬਣਦੀ ਹੈ, ਬਟਾਲੇ ਬਣਦੀ ਹੈ, ਯੂਪੀਓ ਜਾਂਦੀ ਹੈ। ਉਹ ਸਿਰਫ ਪੈਡੀ ਨੂੰ ਡੀਹਸ ਕਰਦੀ ਹੈ ਜੀ, ਉੱਪਰਲਾ ਛਿਲਕਾ ਲਾਉਣਾ, ਠੀਕ ਹੈ, ਉਹ ਬਰਾਊਨ ਰਾਈਸ ਨਿਕਲੇਗਾ। ਸੋ ਦੋ ਗੱਲਾਂ ਤੁਸੀਂ ਕੀਤੀਆਂ, ਇੱਕ ਤਾਂ ਜਿਹੜੀ ਜਿਹੜੀ ਮਾਰਕੀਟ ਚਾਹੁੰਦੀ ਹੈ ਉਹਨੂੰ ਸਟੈਗਰ ਕਰਨਾ ਚਾਹੀਦਾ ਵਾ, ਅਤੇ ਦੂਜਾ ਬਰਾਊਨ ਰਾਈਸ ਹੋਣਾ ਚਾਹੀਦਾ, ਬਰਾਊਨ ਰਾਈਸ। ਬਿਲਕੁਲ ਜੀ, ਇਹ ਮਾਰਕੀਟ ਤਾਂ ਬਿਲਕੁਲ ਜੋ ਰੰਗੀ ਸਾਹਿਬ ਨੇ ਕਿਹਾ ਵੀ 3 ਲੱਖ, ਮਤਲਬ ਸਾਡੀ ਪੈਡੀ 19 ਹੋਣੀ ਚਾਹੀਦੀ ਹੈ ਜਿਹੜੀ 2 ਦਿਨ 'ਚ ਲਿਫਟ ਹੋ ਜਾਏ। ਮਤਲਬ ਸਾਡਾ ਜੇ ਅੱਜ ਬਾਰਿਸ਼ ਪਈ ਹੈ, ਅਜੇ ਪ੍ਰੋਬਲਮ ਆਈ ਹੈ, ਇਹਦਾ ਵੀ ਇੱਕ ਰੀਜ਼ਨ ਹੈ। ਗਲੱਟ ਕੀ ਹੋ ਕੀ ਰਿਹਾ, ਜਦੋਂ ਇੱਕਦਮ ਗਲੱਟ ਪੈ ਜਾਂਦਾ ਚਾਹੀਦੀ ਹੈ ਜਿਹੜੀ 2 ਦਿਨ 'ਚ ਲਿਫਟ ਹੋ ਜਾਏ। ਮਤਲਬ ਸਾਡਾ ਜੇ ਅੱਜ ਬਾਰਿਸ਼ ਪਈ ਹੈ, ਅਜੇ ਪ੍ਰੋਬਲਮ ਆਈ ਹੈ, ਇਹਦਾ ਵੀ ਇੱਕ ਰੀਜ਼ਨ ਹੈ। ਗਲੱਟ ਕੀ ਹੋ ਕੀ ਰਿਹਾ, ਜਦੋਂ ਇੱਕਦਮ ਗਲੱਟ ਪੈ ਜਾਂਦਾ ਮੰਡੀਆਂ ਦੇ ਵਿੱਚ, ਲਿਫਟਿੰਗ ਸਰਕਾਰ ਕੋਲੇ ਆਪਣੇ ਲੈ ਚੱਕਣ ਹੋ ਰਹੀ ਹੈ, ਲੇਬਰ ਸਾਡਾ ਟਾਈਮ ਹੁਣ ਖਤਮ ਹੋ ਗਿਆ। ਇੱਕ ਹੋਰ ਗੱਲ ਕਹਿਣਾ ਚਾਹੁੰਦਾ ਜੀ, ਹਾਂਜੀ, ਜਿੰਨਾ ਵੱਡਾ ਆਪਰੇਸ਼ਨ ਬਿਲਕੁਲ ਕਣਕ ਔਰ ਧਾਨਾਂ ਵਿੱਚ ਇੱਥੇ ਹੁੰਦਾ, ਦੁਨੀਆ 'ਚ ਕਿਤੇ ਨਹੀਂ ਹੁੰਦਾ। 1 ਮਹੀਨੇ 'ਚ ਅਸੀਂ 164 ਲੱਖ ਮੈਟ੍ਰਿਕ ਟਨ ਸੰਭਾਲ ਦਿੰਦੇ ਹਾਂ, ਅਤੇ ਅਜੇ ਵੀ ਹੂ ਐਂਡ ਕਰਾਈ ਤਾਂ ਹੋਣਾ ਹੀ ਆ, ਕਿਉਂਕਿ ਟਾਈਮ ਲੱਗਣਾ ਹੀ ਆ ਮੰਡੀਆਂ 'ਚ, ਅਤੇ ਇੰਨੀ ਫਸਲ ਨੂੰ ਸਾਂਭਣ 'ਤੇ ਲੱਗਦਾ ਜਿਵੇਂ ਇਹਨਾਂ ਨੇ ਕਿਹਾ। ਚਲੋ, ਪਰ ਹੂ ਐਂਡ ਕਰਾਈ ਘਟਾ ਤਾਂ ਸਕਦੇ ਹਾਂ, ਕੋਸ਼ਿਸ਼ ਚਾਹੀਦੀ ਆ ਵੀ ਇਹ ਘਟੇ ਜਿਵੇਂ ਇਹਨਾਂ ਨੇ। ਚਲੋ, ਹੁਣ ਸਾਡਾ ਸਮਾਂ ਖਤਮ ਹੋ ਗਿਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ 'ਚ ਆਉਣ ਵਾਸਤੇ। ਝੋਨੇ ਦੀ ਵਿਕਰੀ ਨਾ ਹੋਣ ਲਈ ਸਿਰਫ ਮੌਸਮ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇੱਕ ਦੂਸਰੇ ਉੱਤੇ ਦੋਸ਼ ਮੜਨ ਨਾਲ ਰਲ ਮਿਲ ਕੇ ਇਸ ਮਸਲੇ ਦਾ ਹੱਲ ਕੱਢਣ, ਤਾਂ ਜੋ ਝੋਨੇ ਦੀ ਖਰੀਦ ਸਮੇਂ ਸਿਰ ਪੂਰੀ ਕਰ ਲਈ ਜਾਏ ਔਰ ਕਿਸਾਨਾਂ ਨੂੰ ਤਕਲੀਫਾਂ ਨਾ ਚੁੱਕਣੀਆਂ ਪੈਣ। ਇਸ ਦੇ ਨਾਲ ਹੀ ਉਹਨਾਂ ਨੂੰ ਅਗਲੇ ਸਾਲ ਲਈ ਨੀਤੀ ਉੱਤੇ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅੱਜ ਦੀ ਡੇ ਐਂਡ ਨਾਈਟ ਨਿਊਜ਼ ਪ੍ਰਾਈਮ ਡਿਬੇਟ ਖਤਮ ਹੁੰਦੀ ਹੈ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ, ਤਦ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ।